ਔਰ ਸਾਡੇ ਮਾਨਮਤ ਤੇ ਸਾਰੇ ਬਜ਼ੁਰਗ ਸਹਬਾਨ ਔਰ ਨੌਜਵਾਨ ਵੀਰ ਬਰੇ ਔਰ ਸਾਰਾ ਮੇਰਾ ਸਤਕਾਰਯੋਗ ਮੀਡੀਆ ਜਿੰਨੇ ਵੀ ਕਦਮ ਇਸ ਸਭਾ ਚ ਹਾਜ਼ਰ ਹੋ ਤੁਹਾਡੇ ਸਾਰਿਆਂ ਦੇ ਅੰਦਰ ਵਾਸ ਕਰਦੀ ਉਸ ਪਰਮ ਸ਼ਕਤੀ ਨੂੰ ਮੇਰਾ ਕੋਟੀ ਕੋਟ ਪ੍ਰਣਾਮ ਕਬੂਲ ਕਰਿਓ ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ ਸਾਰਿਆਂ ਦਾ ਕੁਝ ਲੈਣਾ ਹੈ ਇਹ ਹੀ ਪੜ ਕੇ ਆਪ ਜੋ ਅੱਜ ਕਹਿਣ ਨੂੰ ਚਿਤ ਕਰਦਾ ਉਹ ਕਹਿ ਕੇ ਤੁਰ ਜਾਣਾ ਮੈਂ ਹਾਰਨ ਵਾਲੀ ਕੌਮ ਨੀਚੇਰੇ ਦੱਸਦੇ ਨੇ ਹਾਰਨ ਵਾਲੀ ਕੌਮ ਨੀਚੇ ਰੇ ਦੱਸਦੇ ਨੇ ਇਤਿਹਾਸ ਬੋਲਦਾ ਮੂੰਹ ਦੇ ਉਤਲੀਆਂ ਲਾਲੀਆਂ ਚੋਂ ਖਾਲੀ ਹੱਥ ਨੀ ਮੁੜਦੇ ਪੁੱਤ ਅਸੀਂ ਨਾਨਕ ਦੇ ਸੁਣ ਲੈ ਜਿਹੜੀ ਆਉਂਦੀ ਵਾਜ ਟਰਾਲੀਆਂ ਚੋਂ ਮਾਂ ਮਿੱਟੀ ਦੇ ਸੌਦੇ ਕੀਤੇ ਜਾਂਦੇ ਨਹੀਂ ਮਾਂ ਮਿੱਟੀ ਦੇ ਸੌਦੇ ਕੀਤੇ ਜਾਂਦੇ ਨਹੀਂ ਸੁਣ ਲੈ ਨੀ ਸਰਕਾਰੇ ਇਹ ਗੱਲ ਕੰਨ ਲਾ ਕੇ ਮੈਂ ਮਿੱਟੀ ਲੈ ਕੇ ਆਇਆ ਬਾਪੂ ਤੇਰੇ ਖੇਤਾਂ ਚੋਂ ਚਿੱਤੇ ਬਿਣਾ ਨੇ ਮੁਰਦੇ ਕਹਿੰਦੇ ਆ ਸੌ ਪਾ ਕੇ ਬਲੇ ਸਨਹਿਰ ਕਿਸਾਨ ਮਜ਼ਦੂਰ ਇਕਤੋ ਜਿੰਦਾਬਾਦ ਕਿਸਾਨ ਮਜ਼ਦੂਰ ਇਕਤੋ ਜਿੰਦਾਬਾਦ ਇੱਕ ਵਾਰੀ ਫੇਰ ਪਰਦਾ ਇੱਕ ਵਾਰੀ ਫੇਰ ਪੜਦੇ ਆ ਵਿਸਾਲ ਹੋ ਅੰਦਰ ਇਹਨਾਂ ਬਚਨਾਂ ਨੂੰ ਇਹ ਗੁਰੂ ਮਹਾਰਾਜ ਦੀਆਂ ਆਵਾਜ਼ਾਂ ਬਾਬੋ ਨਹੀਂ ਸਾਡੇ ਵਰਗਿਆਂ ਦੀ ਕੀ ਔਕਾਤ ਹੈ ਕਿ ਅਸੀਂ ਬੋਲ ਜੀਏ ਇਹ ਕਰੀ ਫਿਰ ਸੁਣ ਲਿਓ ਹਾਰਨ ਵਾਲੀ ਕੌਮ ਨੀ ਚੇਰੇ ਦੱਸਦੇ ਨੇ ਇਤਿਹਾਸ ਬੋਲਦਾ ਮੂੰਹ ਦੇ ਉਤਲੀਆਂ ਲਾਲੀਆਂ ਚੋਂ ਖਾਲੀ ਹੱਥ ਨੀ ਮਰਦੇ ਪੁੱਤ ਅਸੀਂ ਨਾਨਕ ਦੇ ਸੁਣ ਲੈ ਜਿਹੜੀ ਆਉਂਦੀ ਆਵਾਜ਼ ਟਰਾਲੀਆਂ ਚੋਂ ਮਾਂ ਮਿੱਟੀ ਦੇ ਸੌਦੇ ਕੀਤੇ ਜਾਂਦੇ ਨਹੀਂ ਜਾਂਦੇ ਨਹੀਂ ਉਹ ਸੌਦੇ ਕੀਤੇ ਨਹੀਂ ਜਾਂਦੇ ਮਾਂ ਮਿੱਟੀ ਦੇ ਸੌਦੇ ਕੀਤੇ ਜਾਂਦੇ ਨਹੀਂ ਸੁਣ ਲੈ ਨੀ ਸਰਕਾਰ ਇਹ ਗੱਲ ਕੰਨ ਲਾ ਕੇ ਮੈਂ ਮਿੱਟੀ ਲੈ ਕੇ ਆਇਆ ਬਾਪੂ ਤੇਰੇ ਖੇਤਾਂ ਚੋਂ ਹੁਣ ਜਿੱਤੇ ਬਿਣਾ ਨੀ ਮੁਰਦੇ ਕੈਨੇ ਆਸਾਂ ਖਾ ਕੇ ਮੈਂ ਮਿੱਟੀ ਲੈ ਕੇ ਆਇਆ ਬਾਪੂ ਤੇਰੇ ਖੇਤਾਂ ਚੋਂ ਹੁਣ ਜਿੱਤੇ ਬਿਣਾ ਨੀ ਮੁਰਦੇ ਮੇਰੇ ਨਾਲ ਗਾਓ ਹੁਣ ਜਿੱਤੇ ਬਿਣਾ ਨੀ ਮੁਰਦੇ ਕੈਨੇ ਆਸਾਂ ਖਾ ਕੇ ਹੁਣ ਜਿੱਤੇ ਬਿਣਾ ਨੀ ਮੁਰਦੇ ਕੈਨੇ ਆਸਾਂ ਖਾ ਕੇ ਹੁਣ ਜਿੱਤੇ ਬਿਣਾ ਨੀ ਮੁਰਦੇ ਕੈਨੇ ਆਸਾਂ ਖਾ ਕੇ ਇੱਥੇ ਰੱਖ ਅਕਾਲ ਆ ਬਾਬੋ ਅਕਾਲ ਗੱਲਾਂ ਦੋ ਚਾਰੀ ਕਰਨੀਆਂ ਬਾਹਲਾ ਨਹੀਂ ਬੋਲਣਾ 2 ਮਹੀਨਿਆਂ ਤੋਂ ਉੱਪਰ ਦਾ ਟਾਈਮ ਲੰਘ ਗਿਆ ਜੀ ਜੀ ਆਜੋ ਆਜੋ ਬਾਪੂ ਜੀ ਨੌਜਵਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਮਗਰਲੇ ਪਾਸੇ ਪਲੀਜ਼ ਨਹੀਂ ਜਾਣਾ ਹਜੇ ਕੋਈ ਗਹੇ ਜੀ ਗੱਲ ਨਹੀਂ ਹੈ ਕਾਬੂ ਆ ਜਾਣੀ ਹੈ ਗੱਲ ਕੁਝ ਨਹੀਂਗਾ ਉੱਥੇ ਉਹ ਬਹੁਤ ਕੁਝ ਪਿੱਛੇ ਹੈ ਮੇਰੀ ਹੋ ਗਈ ਗੱਲ ਪ੍ਰਸ਼ਾਸਨ ਨਾਲ ਕੋਈ ਵੀ ਨੌਜਵਾਨ ਇੱਧਰ ਨਾ ਜਾਵੇ ਸਾਡੀ ਹੱਥ ਬਨ ਕੇ ਬੇਨਤੀ ਆ ਅਗਰ ਕੋਈ ਇੱਥੇ ਆਏਗਾ ਤਾਂ ਆਪਾਂ ਸੰਭਾਲ ਲਾਂਗੇ ਤੁਸੀਂ ਕੁਝ ਨਹੀਂ ਕਰਨਾ ਇਹ ਆਪਾਂ ਨੂੰ ਇਹੀ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਜਿਹੜਾ ਕੁਝ ਆ ਉਹ ਪਿੱਛੇ ਨੇ ਬਹੁਤ ਪਿੱਛੇ ਰਹਿ ਗਏ ਉਹ ਬੰਦੇ ਉਹ ਪ੍ਰਸ਼ਾਸਨ ਮੂਹਰੇ ਆ ਗਿਆ ਉਹਨਾਂ ਦੇ ਕੁਝ ਨਹੀਂ ਹਜੇ ਗੱਲ ਠੀਕ ਹੋ ਜਾਣੀ ਹੈ ਗੱਲ ਇਹ ਉਹ ਮੇਰੀ ਹੁਣੇ ਹੋ ਗਈ ਹੈ ਮਤਲਬ ਡੀਆਈਜੀ ਨਾਲ ਗੱਲ ਮੈਂ ਸਾਰੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਕੋਈ ਘਬਰਾਉਣ ਦੀ ਲੋੜ ਨਹੀਂ ਜੀ ਅਸੀਂ ਆਪਣੀਆਂ ਜਾਨਾਂ ਤਲੀਆਂ ਤੇ ਤਰਕੇ ਆਏ ਆ ਸਾਨੂੰ ਉਕਸਾ ਟੰਦੇ ਨਹੀਂ ਚੰਦਾ ਹੀ ਆਉਣਾ ਪਰ ਜੇਕਰ ਕੋਈ ਸਾਡੇ ਤੇ ਇੱਥੇ ਆ ਕੇ ਕੋਈ ਕਾਰਵਾਈ ਕਰੇਗਾ ਉਹਦਾ ਜਵਾਬ ਦੇਣ ਦੀ ਅਸੀਂ ਸਕਸ਼ਵ ਕੋਈ ਚਿੰਤਾ ਨਹੀਂ ਕਰਨੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਟੇਜ ਨੂੰ ਬੜੇ ਵਧੀਆ ਤਰੀਕੇ ਨਾਲ ਸਜਾਓ ਜੀ ਮੈਂ ਕਹਾਂਗਾ ਜੀਵਾਂਗੇ ਜਾਂ ਮਰਾਂਗੇ ਹੱਥਾਂ ਦੀ ਰਾਖੀ ਕਰਾਂਗੇ ਹੁਣ ਤੁਹਾਡੇ ਸਮੇਂ ਕਲਮਰ ਦਰਵਾਜੇ ਆਪਣੇ ਦੋ ਮਹੀਨੇ ਤੁਸੀਂ ਵੀ ਮਾਦਿਓ ਮਖਣੀ ਖਾਣਿਓ ਹਜੇ ਉਹੀ ਖਬਰਾਂ ਪੜੀਆਂ ਵੀ ਅੱਜ 4 ਕੁਇੰਟਲ ਪਿੰਨੀਆਂ ਆ ਗਈਆਂ ਹੈ ਅੱਜ ਉਥੋਂ 6 ਕੁਇੰਟਲ ਖੋਆ ਆ ਗਿਆ ਲਿਆਓ ਕਾ ਕਿੱਥੇ ਜੇ ਖੋਆ ਹਾਂ ਆ ਬਾਪੂ ਇੱਕ ਬੜਾ ਫੜੀ ਮਿੱਟੀ ਮੇਰੀ ਰੱਖੀ ਪੈਰਾ ਆ ਦਿਓ ਜੀ ਮੜੇ ਕੱਢਿਓ ਥੱਲੇ ਬਹਿ ਜਾ ਕੋਈ ਨਹੀਂ 2 ਮਿੰਟ ਬਾਈ ਸਾਰੇ ਬਹਿ ਜਾ ਮੈਂ 5 ਮਿੰਟ ਲਾਉਂਗਾ ਇਹਨਾਂ ਨਾਲ ਆ ਬਹਿ ਜਾਓ ਸੱਜਣੋ ਤੁਸੀਂ ਵੀ ਬਹਿ ਜਾਓ ਸੱਜਣੋ ਬਹਿ ਜਾਓ ਮਰੇ ਬਹਿ ਜਾਓ ਸਤਕਾਰਯੋਗ ਸੱਜਣੋ ਬਹਿ ਜਾਓ ਮੇਰੀ ਬੇਨਤੀ ਆ ਤੁਹਾਨੂੰ ਆ ਤੁਸੀਂ ਬਹਿ ਜਾਓ ਅਗਲੇ ਉਹ ਪਿੱਛੇ ਭਰਾ ਖੜੇ ਆ ਜਿਹੜੇ ਤੁਸੀਂ ਬੈਠੋ ਆ ਮੂਰਲੇ ਮੁੰਡੇ ਸਾਰੇ ਬੈਠੋ ਭਾਈ ਕੋਈ ਨਹੀਂ ਬਾਪੂ ਬੈਠਾ ਰਹਿ ਬੈਠਾ ਰਹਿ ਸੋਹਣਾ ਲੱਗੀ ਜਾਂਦਾ ਬੈਠਾ ਬੈਠਾ ਰਹਿ ਬਾਪੂ ਬੈਠੋ ਬਹਿ ਜਾਓ ਬਾਬੇ ਬਹਿ ਜਾਓ ਤੁਸੀਂ ਵੀ ਮੁੰਡੇ ਹੋ ਤੁਸੀਂ ਵੀ ਮੁੰਡੇ ਜਾ ਪਾਸੇ ਹੋ ਜਾਓ ਉਹ ਮੁੰਡੇ ਦੇਖਣਾ ਚਾਹੁੰਦੇ ਆ ਬਹਿ ਜਾਓ ਬਾਬੇ ਬਹਿ ਜਾਓ ਮੇਰੇ ਭਰਾ ਪਿੱਛੇ ਜਿਹੜੀ ਦੌਗੀ ਖੜੀ ਆ ਬਹਿ ਜਾਓ ਮੇਰੇ ਭਰਾ ਗੱਲ ਇੱਥੋਂ ਸ਼ੁਰੂ ਕੀਤੀ ਸੀ ਕੈਸੀ ਵੀ 2 ਮਹੀਨੇ ਆ ਜਿਹੜੇ ਮੇਰੇ ਵਰਗੇ ਨਵੇਂ ਜੇ ਆਏ ਸੀ ਉਥੋਂ ਭਾਵੇਂ ਮਾੜਾ ਮੋਟਾ ਪੈ ਜਾ ਲੈ ਕੇ ਆਏ ਹੁਣ ਇੱਥੇ ਆ ਕੇ ਇਹਨਾਂ ਨੂੰ ਐ ਲੱਗਣ ਲੱਗ ਗਿਆ ਸੀ ਵੀ ਇਹ ਤਾਂ ਮੌਜਾਂ ਹੀ ਵੜੀਆਂ ਵੀ ਅਸੀਂ ਜਿਹੜੇ ਪੁਰਾਣੇ ਹਿਸਟਰੀ 'ਚ ਅੰਦੋਲਨ ਪੜੇ ਸੀ ਵੀ ਆਏ ਹੋ ਗਿਆ ਸ਼ਹੀਦੀਆਂ ਪੈ ਗਈਆਂ ਗੋਲੀਆਂ ਚੱਲ ਗਈਆਂ ਜਾਨਾਂ ਤਲੀ ਤੇ ਰਖਲੀਆਂ ਜੰਗਾ ਲੱਗ ਗਈਆਂ ਵੀ ਐਤ ਕੀ ਤਾਂ ਕੁਝ ਹੈ ਹੀ ਨਹੀਂ ਵਿਦਤਾ ਟੈਕਨੋਲੋਜੀ ਦਾ ਜ਼ਮਾਨਾ ਹੈ ਫੋਨਾ ਫਾਨਾ ਤੇ ਸਾਰਾ ਕੁਝ ਹੋਈ ਜਾਂਦਾ ਹੈ ਹੈ 2 ਮਹੀਨੇ ਅਸੀਂ ਵੀ ਇਹੀ ਕੁਝ ਦੇਖੀ ਗਏ ਪਿੰਨੀਆਂ ਆ ਗਈਆਂ ਗਜ਼ਰੇਲਾ ਆ ਗਿਆ ਕਪੜੇ ਧੋਣ ਦੀ ਸਮੱਸਿਆ ਸੀ ਵਾਸ਼ਿੰਗ ਮਸ਼ੀਨਾਂ ਆ ਗਈਆਂ ਵਿੱਚ ਸਿਕਾਉਂਦੀਆਂ ਵੀ ਐ ਟੈਂਟ ਲੱਗੇ ਸ਼ੈੱਡ ਪੈ ਗਏ ਸੌਂਡਾਂ ਆ ਗਈਆਂ ਕਲਾਕਾਰ ਆਉਣ ਲੱਗੇ ਖਾੜੇ ਲੱਗੇ ਆਹੀ ਕੁਝ ਦੇਖਿਆ ਸੀ ਨਾ ਪਰ ਯਾਦ ਰੱਖਿਓ ਉਹ ਪਹਿਲਾ ਪੜਾ ਸੀ ਆ빠 ਆਉਂ ਦੱਸਦਾ ਕਹਿੰਦਾ ਪੜਾ ਤਿੰਨ ਨੇ ਇਹਦੇ ਉਹ ਪਹਿਲਾ ਸੀ ਤੇ 26 ਤੋਂ ਇਹ ਪੜਾ ਦੂਜਾ ਚੱਲ ਪਿਆ ਇਸ ਕਰਕੇ ਜਦੋਂ ਪੜਾ ਬਦਲਦੇ ਆ ਨਾ ਤਾਂ ਆਪ ਦੀ ਤबीयत ਬਦਲੋ ਇਰਾਦੇ ਬਦਲੋ ਨੀਤਾਂ ਬਦਲੋ ਫੋਕਸ ਸਾਡਾ ਉੱਥੇ ਹੀ ਹੈ 26 ਤਰੀਕ ਨੂੰ ਜੋ ਵੀ ਵਾਪਰਿਆ ਬਹੁਤ ਕੁਛ ਚੰਗਾ ਵਾਪਰਿਆ ਬਹੁਤ ਕੁਛ ਐਸਾ ਵਾਪਰਿਆ ਜਿਹੜਾ ਸਾਨੂੰ ਮਨਜ਼ੂਰ ਨਹੀਂ ਹੈ ਪਰ ਉਹਦੂ ਗਾਹ ਹੋ ਕੇ ਫਲਾੰਗ ਪੁੱਟ ਕੇ ਦੇਖ ਮਹਾਰਾਜ ਕਹਿੰਦਾ ਮੈਂ ਉਹੀ ਕੀਤਾ ਜੋ ਮੈਂ ਕਰਨਾ ਸੀ ਮੈਂ ਉਹੀ ਕੀਤਾ ਜੋ ਮੈਂ ਕਰਨਾ ਸੀ ਮੈਂ ਕਿਹਾ ਮਖੇ ਮੈਨੂੰ ਮਨਜ਼ੂਰ ਨਹੀਂ ਹੈ ਚੋ ਕੁਝ ਗੱਲਾਂ ਬਾਪੂ ਉਹ ਕਹਿੰਦਾ ਤੇਰੀ ਨੀਤ ਨੂੰ ਭਾਗ ਲੱਗੇ ਆ ਜਿੱਦਾਂ ਦੀ ਤੇਰੀ ਨੀਤ ਸੀ ਮੈਂ ਉਦਾਂ ਦਾ ਹੀ ਦਿੱਤਾ ਤੈਨੂੰ ਮੈਂ ਸਾਹਵ ਨਹੀਂ ਰੱਖਦਾ ਕਹਿੰਦਾ ਕਹਿੰਦਾ ਪੁੱਤੋਂ ਮੇਰੇ ਤੁਸੀਂ ਮਿੱਟੀ ਦੇ ਪੁੱਤ ਵਜਦੇ ਹੋ ਤੁਸੀਂ ਉਹਨਾਂ ਪੰਜਾਂ ਚੋਂ ਇੱਕ ਤਤ ਲਈ ਲੜਨਾ ਆ ਅਸੀਂ ਜਿੰਨਾ ਚੋਂ ਇੱਕ ਤਤ ਦਾ ਬਣਿਆ ਵਿਆ ਆ 50 55 ਕਿਲੋ ਵਾਲਾ ਉਸੇ ਤਤ ਦੇ ਤੁਸੀਂ ਬਣਿਓ ਉਸੇ ਲਈ ਲੜਨ ਵਾਸਤੇ ਆਏ ਆ ਆਪਾਂ ਸਵੇਸ ਕਰਕੇ ਭਾਵਕ ਹੋਣ ਦੀ ਅਗਰੈਸਿਵ ਹੋਣ ਦੀ ਲੋੜ ਨਹੀਂ ਐ ਇਹ ਆਉਣ ਗਿਆ ਇਹ ਸਾਡੀ ਪ੍ਰਾਪਤੀ ਐ ਕਿ 2 ਮਹੀਨੇ ਬਾਅਦ ਹੀ ਆ ਗਿਆਂ 2 ਮਹੀਨੇ ਬਾਅਦ ਹੀ ਸਰਕਾਰਾਂ ਨੂੰ ਵਕਤ ਪੈ ਗਿਆ ਐਂ ਦੇ ਪੀਸਫੁਲ ਯਰ ਐ ਇੰਨੇ ਸ਼ਾਂਤ ਲੋਕ ਇੰਨੇ ਸਬਰ ਵਾਲੇ ਲੋਕ ਇੰਨੇ ਸ਼ੁਕਰ ਵਾਲੇ ਲੋਕ ਕਿ ਪਰਵਾਹੀ ਨਹੀਂ ਕਰਦੇ ਯਾਰ ਜਿਹੜੇ ਡਾਂਗਾ ਮਾਰੀ ਜਾਂਦੇ ਉਹਨਾਂ ਨੂੰ ਹੀ ਲੰਗਰ ਸ਼ਕਾਈ ਜਾਂਦੇ ਆਏ ਇਸ ਕਰਕੇ ਪਹਿਲੇ ਪੜਾਅ 'ਚ ਅਸੀਂ ਜਿੱਤੇ ਆਂ ਥੋਕ ਕੇ ਤਾੜੀ ਮਾਰੋ ਪਹਿਲੇ ਪੜਾਅ ਦੀ ਹੁਣ ਦਾਖਲ ਹੋ ਗਏ ਆ ਦੂਜੇ ਪੜਾਅ 'ਚ ਇੱਥੇ ਆ ਕੇ ਮਾ ਦਿਓ ਮੱਖਣੀ ਖਾਣਿਓ ਜਿੰਨੇ ਤੁਹਾਨੂੰ ਗੀਤ ਆਇਆ ਨਾ ਜ਼ਿੰਦਾਬਾਦ ਨੀ ਜਵਾਨੀ ਐ ਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਹਰਿਆਣਾ ਕਰਦਾ ਰਾਜਸਥਾਨ ਕਰਦਾ ਉਹਦਾ ਮੁੱਲ ਮੋੜੋ ਇੱਥੇ ਉਹਦਾ ਮੁੱਲ ਮੋੜੋ ਆਉਣ ਹਲੇ ਦੇ ਨਾਲ ਜਥੇ ਬੰਦੀਆਂ ਫੇਰ ਪ੍ਰੋਗਰਾਮ ਦੇਣਗੀਆਂ ਐ ਪਿਆਓ ਆ ਸਾਡੇ ਐ ਪੈਂਤੜੇ ਖੇਡਦੇ ਆ ਪੱਤਾ ਸੜਦੇ ਆ ਦਿਖਾ ਕੇ ਸੜਦੇ ਆ ਚੋਰੀਆਂ ਨਹੀਂ ਖੇਡਦੇ ਸਰਕਾਰਾਂ ਵਾਂਗੂ ਐ ਅਰ ਦਿਖਾ ਕੇ ਹੀ ਸਟਣ ਗਿਆ ਆਉਣ ਵਾਲੇ ਦਿਨਾਂ ਚ ਪਤਾ ਏ ਇਸ ਕਰਕੇ ਆਉਣ ਵਾਲੇ ਦਿਨਾਂ ਤੱਕ ਲਾਮਬੰਦੀਆਂ ਐਸੀਆਂ ਬਣਾ ਲਓ ਐਸੀ ਸਭਾ ਖੜੀ ਕਰ ਲਓ ਇੱਕ ਨੌਜਵਾਨਾਂ ਦੀ ਕਿ ਅਗਲੀ ਵਾਰ ਜਦੋਂ ਅਸੀਂ ਇੱਥੋਂ ਟਰੈਕਟਰ ਟਰਾਲੀਆਂ ਲੈ ਕੇ ਨਿਕਲੀਏ ਨਾ ਇੱਕ ਟਰਾਲੀ ਦੇ ਪਾਸੇ ਤਿੰਨ ਵਲੰਟੀਅਰ ਹੋਣ ਸਾਡੇ ਬਾਜ਼ਰ ਕੀ ਅੱਖ ਹੋਵੇ ਏਜੰਸੀਆਂ ਵਾਲਿਆਂ ਨੂੰ ਸਾਡੇ ਚ ਵੱਡਦੇ ਉਹਨੂੰ ਡਰ ਲੱਗੇ ਕਿ ਭਾਈ ਇਹਨਾਂ ਦਾ ਚੋਬਰ ਫਿਰਦੇ ਆ ਇਦਾਂ ਦੀਆਂ ਤਿਆਰੀਆਂ ਕਰੋ ਹਾ ਕੋਈ ਨਹੀਂ ਆ ਚੜੜ ਫੁੰਡੀਆਂ ਜੜੀਆਂ ਫਿਰਦੀਆਂ 20 25 50 ਇੱਥੇ ਮੈਨੂੰ ਤਾਂ ਇਹ ਕੋਈ ਦਿਲ ਤੇ ਲਾਓ ਹਾਂ ਇਹ ਐਡੀ ਕੋ ਗੱਲ ਨਹੀਂ ਆਏ ਇਹ ਸ਼ਿੰਗਾਰ ਹੁੰਦੇ ਆ ਮੋਰਚੇ ਦਾ ਆ ਕੀ ਅਥਰੂ ਗੈਸ ਕਹਿੰਦੇ ਬਾਪੂ ਅਥਰੂ ਗੋਲੇ ਹੈ ਨਾ ਇਹੇ ਹੋ ਗਏ ਆ ਡਾਂਗਾ ਡੂੰਗਾ ਜੀਆਂ ਹੋ ਗਈਆਂ ਹੋਰ ਮਾੜਾ ਦਾ ਮੋਟਾ ਸੱਟਾ ਫਿਰ ਇਹ ਸ਼ਿੰਗਾਰ ਆ ਮੋਰਚੇ ਦਾ ਚੜਦੀ ਕਲਾਲੀ ਗੱਲ ਕਰੋ ਉੱਥੇ ਹੀ ਰਹੋ ਜੜੀਆਂ ਗੱਲਾਂ ਕਰਕੇ ਆਪਾਂ ਪੰਜਾਬ ਹਰਿਆਣੇ ਤੋਂ ਤੁਰੇ ਸੀ ਉੱਥੇ ਹੀ ਰਹੋ ਇਹਨੂੰ ਦੇਖ ਕੇ ਹੁਣ ਇਹ ਗੱਲਾਂ ਮਨਜ਼ੂਰ ਨਹੀਂ ਆਂ ਕਿ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਜਿਹੜੇ ਭਾਵੇਂ ਬਾਹਰ ਬੈਠੇ ਆ ਜਾਂ ਪੰਜਾਬ ਹਰਿਆਣਾ ਚ ਬੈਠੇ ਆ ਉੱਥੇ ਬੈਠ ਕੇ ਸੈਮਣ ਸਾਨੂੰ ਕੋਈ ਇੱਕ ਨਹੀਂ ਡਰੰਦਾ ਹੁਣ ਚੜਦੀ ਕਲਾ ਚਰਣਾ ਆ ਪਿਛਲੇ 2 ਮਹੀਨੇ ਮੇਰੇ ਨਾਲ ਲਾਣਦਾਰ ਵੀ ਕਰਦਾ ਰਿਹਾ ਯਾਰ ਮਾੜਾ ਮੋਟਾ ਜੀ ਤੂੰ ਕਦੇ ਤਾਂ ਆ ਜਾ ਕਰ ਕਰੇ ਉਹ ਮੈਂ ਕਿਹਾ ਲਾਣਦਾਰਾ ਹੁਣ ਸਰਦਾ ਨਹੀਂ ਉੱਥੇ ਅੱਜ ਜਦੋਂ ਮੈਂ ਕੱਲ ਚੱਲਿਆ ਪਿੰਡ ਸੀ ਉਹ ਮੈਂ ਮਹਾਲੀ ਸੀ ਇੱਕ ਦਿਨ ਲਈ ਗਿਆ ਸੀ ਕੱਲ ਮੈਂ ਕੱਲ ਮੈਨੂੰ ਆਉਂਦੇ ਨੂੰ ਕਹਿੰਦਾ ਕਹਦਾ ਯਾਰ ਹੁਣ ਜਿੱਦਾਂ ਦਾ ਮਾਹੌਲ じゃ ਬਣਿਆ ਵੈਣਾ ਹਾਂਗਾ ਤਾ ਤੂੰ ਮੇਰਾ ਕੱਲਾ ਕੱਲਾ ਜਾਈ ਪਰ ਕਹਿੰਦਾ ਯਾਰ ਅੱਜ ਤੋਂ ਬਾਅਦ ਮੈਂ ਤੈਨੂੰ ਫੋਨ ਨਹੀਂ ਕਰਦਾ ਜਾ ਯਾਰ ਕਹਿੰਦਾ ਜੋ ਹੁੰਦਾ ਨਾ ਉਥੇ ਕਰ ਲਾ ਉਹ ਮੈਨੂੰ ਨਾ ਵੀ ਕਹਿੰਦਾ ਮੈਂ ਮੰਨਣੀ ਫਿਰ ਵੀ ਨਹੀਂ ਸੀ ਉਹ ਮੈਨੂੰ ਨਾ ਵੀ ਕਹਿੰਦਾ ਮਨ ਨਹੀਂ ਮੈਂ ਫੇਰ ਵੀ ਨਹੀਂ ਸੀ ਮਿੱਟੀ ਦਾ ਮਸਲਾ ਹੈ ਆ ਹੁਣ ਜਦੋਂ ਕੱਲ ਪੰਜਾਬੋ ਚੱਲੇ ਆ ਆਏ ਲੱਗਦਾ ਸੀ ਜਿਵੇਂ ਮਾਂ ਮੈਨੂੰ ਕਹਿੰਦੀ ਕਿ ਮੇਰੇ ਪੁੱਤ ਬੈਠੇ ਆ ਉੱਥੇ ਮੈਨੂੰ ਨਾਲ ਲੈ ਜਾ ਆਇਓ ਲੈ ਕੇ ਮਾਂ ਨੂੰ ਨਾਲ ਲੈ ਕੇ ਇਸ ਕਰਕੇ ਮਿੱਟੀ ਦਾ ਵਾਸਤਾ ਓਏ ਮਿੱਟੀ ਦੇ ਪੁੱਤਰੋ ਰੋਜ਼ ਰੋਜ਼ ਨਹੀਂ ਲੜਦੀਆਂ ਲੱਗਦੀਆਂ ਇਹ ਲੜਾਈਆਂ ਅਣਖਾਂ ਦੇ ਮਸਲੇ ਆ ਸਾਡੀਆਂ ਅਜਤਾਂ ਦੇ ਮਸਲੇ ਆ ਇਤਿਹਾਸ ਦੇ ਮਸਲੇ ਆ ਪੁੱਛ ਕੇ ਦੇਖੋ ਜਿਹੜੇ ਚਿੱਟੇ ਦਾੜੇ ਵਾਲੇ ਪ੍ਰਕਾਸ਼ ਬੈਠੇ ਆ ਇਥੇ ਇਹ ਕਹਦੇ ਹਾਰ ਕੇ ਘਰੇ ਨਹੀਂ ਵੜੇ ਇਹਨਾਂ ਨੂੰ ਹਾਰ ਨਾ ਆਉਂਦਾ ਹੀ ਨਹੀਂ ਵੇਖੋ ਕਿਤੇ ਸਾਡੀਆਂ ਨਲਾਕੀਆਂ ਸਾਡੀਆਂ ਗਲਤੀਆਂ ਸਨੈਰੀ ਅਖਰਾਜ ਲਿਖਣਾ ਠੋਕ ਕੇ ਕਹਿੰਨੇ ਆ ਅੱਜ ਤੋਂ ਪਹਿਲਾਂ ਸਟੇਜਾਂ ਤੇ ਆਏ ਆ ਉੱਚੀਆਂ ਆਵਾਜ਼ਾਂ ਚ ਨਹੀਂ ਬੋਲੇ ਬਹੁਤ ਨਰਮਾਈ ਨਾਲ ਬੋਲੇ ਆ ਪਰ ਜਿੱਦਾਂ ਦਾ ਮિજાਜ ਬਣਦਾ ਜਾਂਦਾ ਮੋਰਚੇ ਦਾ ਸਖਤੀ ਨਾ ਪੇਸ਼ ਆਵਾਂਗੇ ਜੇ ਲੋੜ ਪਈ ਸਖਤੀ ਨਾਲ ਪਰ ਉਹੀ ਉਸ ਤੋਂ ਪਹਿਲੀ ਗੱਲ ਉਹੀ ਕੁੱਤੇ ਦੀ ਪੂਛ ਨੂੰ ਅੱਗ ਨਹੀਂ ਲਾਉਣੀ ਆ ਹਜੇ ਜਿੱਦਾਂ ਦਾ ਤੁਸੀਂ ਆਪਣਾ ਬਿਹੇਵ ਦੇ ਰਹੇ ਹੋ ਐਟ ਪ੍ਰੈਜ਼ੈਂਟ ਜਿਹੜਾ ਪਿਛਲੇ ਤਿੰਨ ਚਾਰ ਦਿਨਾਂ ਦਾ ਹਜੇ ਇੱਥੇ ਲੋੜ ਨਹੀਂ ਐ ਹਜੇ ਲੋੜ ਨਹੀਂ ਐ ਆ ਜਿਹੜੇ ਇੱਥੇ ਆਉਂਦੇ ਸੀ ਆਸੇ ਪਾਸੇ ਦੇ ਪਿੰਡਾਂ ਵਾਲੇ ਬਣ ਕੇ ਫੜੇ ਗਏ ਨਾ ਸਾਰੇ ਉਹ ਸਾਰੇ ਕੀ ਦੇ ਸੀ ਉਹ ਸਾਰੇ ਭਗਤ ਜੀ ਸੀਗੇ ਜਿਨ੍ਹਾਂ ਦੇ ਮਿਰਚਾਂ ਲੜਦੀਆਂ ਉਹ ਪੱਤਰਕਾਰਾਂ ਨੇ ਪਿੰਡਾਂ 'ਚ ਜਾ ਕੇ ਇੰਟਰਵਿਊ ਕਰ ਲਈਆਂ ਉਹ ਕੱਲ ਇੱਕ ਇੰਟਰਵਿਊ ਆ ਵੀ ਗਈ ਉਹ ਬ੍ਰਦਰ ਨੇ ਰਵੀਸ਼ ਕੁਮਾਰ ਨੂੰ ਭੇਜਤੀ ਐ ਐਨਡੀ ਟੀਵੀ ਵਾਲੇ ਨੂੰ ਉਹ ਭਰਾ ਸਾਡੇ ਨਾਲ ਖੜਾ ਹੈ ਉਹ ਦਿਖਾਊਗਾ ਅੱਜ ਵੀ ਜਿਹੜੇ ਇੱਥੇ ਆ ਕੇ ਕਹਿੰਦੇ ਸੀ ਕਿ ਸਾਨੂੰ ਪ੍ਰੋਬਲਮ ਹੈ ਭਾਈ ਇੱਥੇ ਵੀ ਤੁਸੀਂ ਉੱਠੋ ਕੌਣ ਸੀ ਉਹ ਪਿੰਡਾਂ ਵਾਲੇ ਨਹੀਂ ਹੈਗੇ ਉਹ ਤਾਂ ਕਹਿੰਦਾ ਯਾਰ ਇਹ ਤਾਂ ਤੁਹਾਡੇ ਨਾਲ ਹੈ ਇਸ ਕਰਕੇ ਠੰਡਾ ਸਾਹ ਲਓ ਸਬਰ ਨਾਲ ਚੱਲੋ ਏਕੇ ਨਾਲ ਚੱਲੋ ਟੈਂਪਰਾਮੈਂਟ ਨਾਲ ਲੂਜ਼ ਕਰੋ ਹਜੇ ਲੋੜ ਨਹੀਂ ਐ ਜੋ ਤੁਸੀਂ ਕਰ ਰਹੇ ਹੋ ਹਜੇ ਕੋਈ ਲੋੜ ਨਹੀਂ ਐ ਸਾਡੇ ਮੁੰਡੇ ਵੀ ਚੱਕੇ ਜਾਣਗੇ ਹੋ ਸਕਦਾ ਮੈਂ ਵੀ ਚੱਕਿਆ ਜਾਵਾਂ ਸਾਡੇ ਹੋ ਸਕਦਾ ਗੋਲੀਆਂ ਵੀ ਵੱਜਣ ਹੋ ਸਕਦਾ ਮੇਰੇ ਵੀ ਵੱਜੇ ਪਰ ਖੜੇ ਆ ਯਾਰ ਜਦੋਂ ਲੋੜ ਪਊਗੀ ਗੋਲੀਆਂ ਵੀ ਖਾਵਾਂਗੇ ਜਦੋਂ ਲੋੜ ਪਊਗੀ ਸਭ ਕੁਝ ਕਰਾਂਗੇ ਯਾਰ ਅਸੀਂ ਕੋਈ ਡਰਪੋਕ ਪਿਆ ਉਹਦੇ ਪੁੱਤ ਥੋੜੇ ਯਾਰ ਅਸੀਂ ਗੁਰੂ ਗੋਬਿੰਦ ਸਿੰਘ ਦੇ ਆ ਤੋਕ ਕੇ ਸੁਣ ਲੈ ਸਰਕਾਰ ਇਹ ਗੱਲ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਆ ਪਰ ਰੌਲਾ ਇਹ ਕਿ ਸਮਾਂ ਜੋ ਮੰਗਦਾ ਜਿਸ ਵੇਲੇ ਮੰਗਦਾ ਉਹ ਉਹ ਦੇਣਾ ਸਾਡਾ ਉਹ ਸਾਡਾ ਫਰਜ਼ ਹੈ ਸਾਡਾ ਕਰਮ ਹੈ ਉਹ ਸਾਡਾ ਧਰਮ ਹੈ ਇਸ ਕਰਕੇ ਪਹਿਲਾਂ ਹੀ ਆਵੇਂ ਕੁੱਤੇ ਦੀ ਪੂਛ ਨੂੰ ਅੱਗ ਲੱਗੀ ਹੁੰਦੀ ਹੈ ਉਹ ਕੰਮ ਨਾ ਕਰੋ ਮੁੰਡਿਓ ਭਾਈ ਹਜੇ ਬਹੁਤ ਟੱਕ ਕੇ ਚੱਲੋ ਜੜੀਆਂ ਜੜੀਆਂ ਸਾਡੇ ਚ ਕਮੀਆਂ ਨੇ 26 ਦੀ ਪਰੇਡ ਨੂੰ ਲੈ ਕੇ ਜੋ ਸਾਡੇ ਚ ਕਮੀਆਂ ਰਹੀਆਂ ਉਹਨਾਂ ਨੂੰ ਡਿਸਕਸ ਕਰੋ ਬੇਸ਼ੱਕ ਸਾਡੇ ਚ ਕਮੀਆਂ ਰਹੀਆਂ ਸਾਤੋਂ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਨੂੰ ਸੁਧਾਰੋ ਮੁੰਡੇ ਆਪਣੀ ਇੱਕ ਸਭਾ ਬਣਾਓ ਇਸ ਬਾਰਡਰ ਤੇ ਇਕੱਠ ਕਰੋ ਆਪਦੇ ਗੋਸ਼ਟੀਆਂ ਕਰੋ ਬਾਬੇ ਨਾਨਕ ਵਾਲੀਆਂ ਜੋ ਲੱਗਦਾ ਕਿ ਆ ਖਿਆਲ ਸਾਡਾ ਚੰਗਾ ਹੈ ਪਾਉਂਦਾ ਹੈ ਇਸ ਮੋਰਚੇ ਨੂੰ ਆ ਕੇ ਜਥੇ ਬੰਦੀਆਂ ਨੂੰ ਮਿਲੋ ਉਹਨਾਂ ਨਾਲ ਡਿਸਕਸ ਕਰੋ ਸੋ ਇਹ ਵੇਲਾ ਹੁਣ ਇਦਾਂ ਦਾ ਹੀ ਐ ਹਾਂਜੀ ਤਬਾ ਸਾਹਿਬ ਬੇਨਤੀਆਂ ਮਿੱਤਰ ਪਿਆਰੋ ਤੁਹਾਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਤੇ ਹੋਰ ਕੁਛ ਦੂਜਾ ਖਿਆਲ ਹੀ ਨਹੀਂ ਲਿਆਉਣਾ ਤੇ ਬਾਕੀ ਜਿਵੇਂ ਪਹਿਲਾਂ ਨਿਹੰਗ ਸਿੰਘ ਜੀ ਬੋਲ ਕੇ ਗਇਆ ਬਾਬਾ ਜੀ ਰੋहतक ਵਾਲੇ ਪਾਸੇ ਵੀ ਭੈਣਾਂ ਬੈਠੀਆਂ ਮੇਰੀਆਂ ਇਧਰ ਕਰਨਾਲ ਵਾਲੇ ਬੈਠੀਆਂ ਕਿਸੇ ਦਾ ਜਾਣ ਨੂੰ ਜੀ ਕਰਦਾ ਮੈਂ ਤੁਹਾਨੂੰ ਇੱਕ ਆਈਡੀਆ ਦੇ ਦੇਣਾ ਚੂੜੀਆਂ ਉੱਥੋਂ ਪਵਾ ਲਿਓ ਤੇ ਜਾਂਦ ਜਾਂਦਿਆਂ ਮਾਲੇ ਤੱਕ ਲਾ ਦਿਓ ਕਿਸੇ ਨੂੰ ਨਹੀਂ ਪਤਾ ਲੱਗਣਾ ਨਟਕਰੀ ਵਾਲੇ ਪਾਸੋਂ ਬੋਲ ਕੇ ਆਇਆ ਉੱਥੇ ਇੱਕ ਪੱਤਰਕਾਰ ਨੇ ਪੁੱਛਿਆ ਮੈਨੂੰ ਕਹਿੰਦਾ ਜਿਹੜੀ ਚੂੜੀਆਂ ਵਾਲੀ ਗੱਲ ਬੋਲ ਕੇ ਆਇਓ ਮਖਤ ਚੂੜੀਆਂ ਤਾਂ ਦੂਰ ਦੀ ਗੱਲ ਐ ਮੈਂ ਕਿਹਾ ਪਿੰਡਾਂ ਚ ਗੁਰਦੁਆਰਿਆਂ ਚ ਹੋ ਕੇ ਦਵੋਂ ਲਾਗੇ ਸਾਡੇਲੇ ਵੀ ਭਾਈ ਜੇ ਕਿਸੇ ਨੇ ਨਹੀਂ ਜਾਣਾ ਜੁਰਮਾਨਾ ਦੇ ਦਿਓ ਪਰ ਦਿਓ ਜੁਰਮਾਨਾ ਮੈਂ ਕਿਹਾ ਮੈਂ ਹੱਕ ਠੋਕ ਕੇ ਕਹਿੰਦਾ ਕਿਸੇ ਇੱਕ ਪਿੰਡ ਜੋ ਕੋਈ ਜੁਰਮਾਨਾ ਜੇ ਕਿਸੇ ਨੇ ਭਰਤਾ ਦੇਤਾ ਮੈਂ ਕਿਹਾ ਮੈਨੂੰ ਮੈਨੂੰ ਦੱਸ ਦੀ ਮਖਾ ਇੱਥੇ ਬੋਲੇ ਸੋ ਨਿਹਾਲ ਅਸੀਂ ਜਾਗਦਿਆਂ ਚ ਮੀਰਾ ਵਾਲਿਆਂ ਉਹ ਤਾਂ ਇੱਕ ਠੀਕ ਐਨਾਉਂਸਮੈਂਟ ਆ ਵੀ ਜੇ ਨਹੀਂ ਜਾਣਾ ਕਹਿ ਰਹੇ ਭਾਈ ਜੁਰਮਾਨਾ ਭਰੋ ਬਾਕੀ ਸਾਡੇ ਵਾਲੇ ਆਏ ਗੱਲ ਦਿਲ ਤੇ ਲੱਗੀ ਪਈ ਐ ਮਿੱਟੀ ਦਾ ਮਸਲਾ ਐ ਸਾਡੀਆਂ ਫਸਲਾਂ ਸਾਡੀਆਂ ਨਸਲਾਂ ਦਾ ਮਸਲਾ ਐ ਇੱਥੇ ਹੁਣ ਪਿੱਛੇ ਨਹੀਂ ਹਟਾਂਗੇ ਅਸੀਂ ਸ਼ੇਰ ਜਿਵੇਂ ਦੋ ਪੈਰ ਪਿੱਛੇ ਮੁੜ ਕੇ ਫੇਰ ਮਾਰਦਾ ਨਾ ਦਹਾੜ ਉਹ ਮਾਰੂਗਾ ਪੰਜਾਬ ਤੇ ਹਰਿਆਣਾ ਹੁਣ ਦੇਖਦੇ ਜਾਓ ਦੁਨੀਆ ਦੇਖੂਗੀ ਜਿਹੜੇ ਮਜਾਜ ਆਉਣ ਵਾਲੇ ਦਿਨਾਂ ਚਸਮੋਰਚੇ ਦੇ ਹੋਣਗੇ ਸਭ ਪਰਵਾਹ ਨਹੀਂ ਕਰਨੀ ਕਿਸੇ ਲੰਡੀ ਬੁੱਚੀ ਦੀ ਜਮਾਈ ਪਰਵਾਹ ਨਹੀਂ ਕਰਨੀ ਵੇਚਰਾ ਹਸਤਾਨਾ ਜੀ ਨਾਲ ਸਾਰੇ ਨਾਲ ਹੀ ਐ ਮੈਂ ਤਾਂ ਹਰਿਆਣੇ ਵਾਲਿਆਂ ਦੀ ਇੱਕ ਕਹਿਣਾ ਹੁੰਨਾ ਕਛਲਾਈ ਬੰਨਾ ਮੁੜ ਗਿਆ ਗੈਲ ਹਰਿਆਣਾ ਜੁੜ ਗਿਆ ਰੇ ਛੋਟਾ ਭਾਈ ਜੁੜ ਗਿਆ ਰੇ ਮੂਹ ਹਾਕਮ ਕਾ ਉੜ ਗਿਆ ਬਾਤ ਸੁਣ ਛੱਲਿਆ ਰੇ ਭਾਈ ਰ ਮਿਲ ਕੇ ਲੜਾਂਗੇ ਲੜਾਈ ਟੰਗਣ ਟਣ 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 ਚੱਲੂਗਾ ਯਾਰ ਸਭ ਕੁਝ ਚੱਲੂਗਾ ਮੈਂ ਕੱਲ ਇਧਰ ਬਾਪੂ ਹੋਰਾਂ ਨੂੰ ਸਨੇਹਾ ਭੇਜਿਆ ਕਿ ਮਖਿਆ ਹੁਣ ਫਿਰ ਜੀ ਕਰਦਾ ਕਿ ਖਾੜੇ ਜੇ ਲਾਈਏ ਤਾਂ 3 4 5 ਤਰੀਕ ਨੂੰ ਲਾਵਾਂਗੇ ਜੇ ਇਹਨਾਂ ਨੇ ਲਾਉਣ ਦਿੱਤਾ ਇੱਥੇ ਵੀ ਲਾਵਾਂਗੇ ਸੋ ਸਭ ਪਾਸੇ ਲਾਵਾਂਗੇ ਗਾਜ਼ੀਪੁਰ ਵੀ ਲਾਵਾਂਗੇ ਉਧਰਲੇ ਪਾਸੇ ਟਿੱਕਰੀ ਵਾਲੇ ਪਾਸੇ ਵੀ ਲਾਵਾਂਗੇ ਸੋ ਪ੍ਰਵਾਹ ਨਾ ਕਰੋ ਯਾਰ ਪ੍ਰਵਾਹ ਨਾ ਕਰੋ ਗੌਣਗੂਨ ਵਾਲਾ ਤਾਂ ਕੰਮ ਬਹੁਤ ਬਾਤ ਚ ਆਉਣਗੇ ਪਹਿਲਾਂ ਮਿੱਟੀ ਦੇ ਮਸਲੇ ਐ ਇਹ ਰਲ ਕੇ ਸਲਝਾਵਾਂਗੇ ਸੋ ਜਿਹੜੀਆਂ ਵੀ ਗੱਲਾਂ ਇੱਥੇ ਚੱਲ ਰਹੀਆਂ ਨੇ ਉਹਨੂੰ ਰਲ ਮਿਲ ਕੇ ਸਬਰ ਨਾਲ ਤੇ ਉੱਚੀ ਸੋਚ ਨਾਲ ਤੇ ਨੇਕ ਨੀਤੀ ਨਾਲ ਸਲਝਾਉਣਾ ਆਪਾਂ ਨੇਕ ਨੀਤੀ ਨਾਲ ਜਥੇ ਬੰਦੀਆਂ ਤੋਂ ਬਾਹਰ ਨਹੀਂ ਹੋਣਾ ਇਹਨਾਂ ਤੋਂ ਬਾਹਰ ਨਹੀਂ ਹੋਣਾ ਬਾਬਿਓ ਰੋਜ਼ ਰੋਜ਼ ਖਸਮ ਨਹੀਂ ਬਣਾਏ ਜਾਂਦੇ ਮੇਰੀ ਗੱਲ ਕੰਨ ਖੋਲ ਕੇ ਸੁਣ ਲਿਓ ਨਿਤ ਨਿਤ ਖਸਮ ਨਹੀਂ ਬਣਾਏ ਜਾਂਦੇ ਜਿਹੜੇ ਬਣੇ ਵੇ ਉਹਨਾਂ ਨੂੰ ਬਣੇ ਰਹਿਣ ਦਿਓ ਯਕੀਨ ਰੱਖੋ ਨਾ ਤੇ ਵਿਸ਼ਵਾਸ ਰੱਖੋ ਸਹਿਬ ਤੋਂ ਮੇਰੀ ਗੱਲ ਨਾਲ ਨੱਚਦੇ ਲੁੱਡੀਆਂ ਪਾਉਂਦੇ ਜਾਵਾਂਗੇ ਯਕੀਨ ਰੱਖੋ ਬਾਬੇ ਤੇ ਓਵੇਂ ਜਿਵੇਂ ਆਉਂਦੇ ਹੋਏ ਲਾਇਏ ਸੀ ਨਾ ਪੇਚਾ ਪੈ ਗਿਆ ਸੈਂਟਰ ਨਾਲ ਜਾਂਦੇ ਹੋਏ ਵੀ ਇਦਾਂ ਹੀ ਆ ਵੀ ਜਿੱਤੂਗਾ ਪੰਜਾਬ ਜਿੱਤ ਗਿਆ ਹਰਿਆਣਾ ਜਿੱਤ ਗਿਆ ਪੰਜਾਬ ਜਿੱਤ ਗਿਆ ਰਾਜਸਥਾਨ ਜਿੱਤ ਗਿਆ ਮੇਰਾ ਮੁਲਕ ਜਿੱਤ ਗਿਆ ਕਿਸਾਨ ਹਾਂ ਸਾਥਰੀਆ ਕਾਲ ਬਾਈ ਬਾਈ ਅਸੀਂ ਕੰਡਿਆਂ ਤੇ ਸੌਂਦੇ ਕੰਡਾ ਤਾਰ ਕੀ ਕਰੂ ਇਹਨਾਂ ਛਾਤੀਆਂ ਨੂੰ ਪਾਣੀ ਦੀ ਬਸ਼ਾਰ ਕੀ ਕਰੂ ਯੋਧੇ ਮਿਥ ਕੇ ਆਏ ਨੇ ਜਿਤਨਾ ਜਾਂ ਮਰਨਾ ਹੋਈ ਪਈ ਐ ਲਚਾਰ ਸਰਕਾਰ ਕੀ ਕਰੂ ਇੱਕ ਗੱਲ ਚੇਤੇ ਰੱਖਿਓ ਜਦੋਂ ਤੁਸੀਂ ਪੂਰੇ ਪਾਡੇ ਹੋ ਕੇ ਕਹਿੰਦੇ ਹੋ ਨਾ ਵੀ ਅਸੀਂ ਚੂੜੀਆਂ ਨਹੀਂ ਪਾ ਗਏ ਤੇ ਚੂੜੀਆਂ ਉਹ ਵੀ ਨਹੀਂ ਪਾ ਗਏ ਤੇਰ ਬਰਾਬਰ ਦੀ ਆ ਆ ਸਿੰਘ ਫਸ ਗਿਆ ਕੁੰਡੀਆਂ ਦੇ ਹੁਣ ਨਿਤਰੂ ਬੜੇ ਮੈਂ ਖਾਣੀ ਪਰ ਇੰਨਾ ਬਾਬੇ ਤੇ ਖਸਮ ਤੇ ਯਕੀਨ ਹੈ ਨਿਤਰੂ ਕੀ ਆਹੀ ਇਹਨਾਂ ਕੋਲ ਨੇਕੀ ਹੈ ਇਹਨਾਂ ਕੋਲ ਸੱਚ ਹੈ ਹੋਈ ਪਈ ਆ ਲਚਾਰ ਸਰਕਾਰ ਕੀ ਕਰੂ ਰੰਗ ਕੇਸਰੀ ਸਰਾਤੇ ਨੀਲੇ ਬਾਣੇ ਪਹਿਣ ਕੇ ਨੀਲੇ ਬਾਣੇ ਪਹਿਣ ਕੇ ਰੰਗ ਕੇਸਰੀ ਸਰਾਤੇ

ਕਿ ਸਾਡੇ ਆਗੂ ਤੰਦਰੁਸਤ ਰਹਿਣ ਰੱਬ ਇਹਨਾਂ ਦੀ ਸਿਹਤ ਚੜ੍ਹਦੀ ਕਲਾ ਚ ਰੱਖੇ ਸਾਡੇ ਪਿਓ ਦਾਦੇ ਜਿੰਨੇ ਇੱਥੇ ਮੋਰਚੇ ਚ ਆਏ ਵੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਸਾਰੇ ਮੀਡੀਆ ਵਾਲੇ ਹੁਣ ਆ ਤਾਂ ਉਹੀ ਨੇ ਜਿਹੜੇ ਜਿਹੜੇ ਸਾਡੇ ਵਾਲੇ ਨੇ ਇਸ ਕਰਕੇ ਤੁਹਾਡੇ ਦਾ ਵੀ ਮਾਨ ਕਰਦੇ ਆ ਐਡ ਦੇਸੀ ਘੌਰਗੀਆਂ ਖਬਰਾਂ ਦਿਓ ਸਾਰੇ ਮੁਲਖ ਨੂੰ ਨੌਜਵਾਨੀ ਸਾਰੀ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਸ ਇੰਨੀ ਹੈ ਕਿਸਾਨ ਮਜ਼ਦੂਰ ਇਕਟਾ ਜੰਦਾਬਾਦ ਕਿਸਾਨ ਮਜ਼ਦੂਰ ਇਕਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਉਂਦੇ ਰਹੋ ਜਾਉਂਦੇ ਰਹੋ ਇੱਕ ਬੇਨਤੀ ਆਗੂਆਂ ਨੇ ਕਿਹਾ ਕਿ ਭਾਈ ਹਾ ਬਾਬੂ ਜੀ ਬੋਲ ਬਾਬੂ ਜੀ ਹੋਰ ਸੁਣਨਾ ਹੋਰ ਸੁਣਨਾ ਥੋਟ ਬਾਤ ਤੁਹਾਡੇ ਪਲੀਜ਼ ਇੱਕ ਮਿੰਟ ਬਸ 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 ਪਲੀਜ਼ ਮਾੜੀ ਜੀ ਮਾੜੀ ਜੀ ਬੇਨਤੀ ਸੁਣ ਲਿਓ ਇਹ ਤੁਹਾਡਾ ਹੀ ਹੈ ਆਪਣਾ ਹੀ ਹੈ ਪਿਆਰਾ ਬੱਚਾ ਹੈ ਮੈਂ ਚਾਹੁੰਦਾ ਸੀਗਾ ਅਸੀਂ ਨਾ ਇੱਕ ਮੀਟਿੰਗ ਕਰਨੀ ਹੈ 2 ਮਿੰਟ ਸਿਰਫ ਜੇ 2 ਮਿੰਟ ਦੇ ਦਿਓ ਬਾਈ ਗੁਰਨਾਮ ਆਸਤੇ ਦੇ ਸਕਦੇ ਹੋ ਬਿਲਕੁਲ ਬਿਲਕੁਲ ਮਿਹਰਬਾਨੀ ਥੈਂਕ ਯੂ ਥੈਂਕ ਯੂ ਨਹੀਂ ਨਹੀਂ ਆਓ ਅਪੀਲ ਕਰਨੀ ਹੈ ਇਹਨਾਂ ਦੇ ਨੌਜਵਾਨਾਂ ਨੂੰ ਨਹੀਂ ਉਹ ਇਹ ਅਪੀਲ ਹੋਰ ਅਪੀਲ ਕਰ ਰਹੀ ਹੈ ਅਪੀਲ ਹੀ ਹੈ ਅਪੀਲ ਅਪੀਲ ਕਹੋ ਤੋ ਗਰੇਵਾਲ ਸਾਹਿਬ ਨੂੰ